ਮੈਂ ਹਰਜਨ ਸਿੰਘ ਗੋਲਮੜੀਆ ਮੇਅਰ ਨਗਰ ਨਿਗਮ ਲੁਧਿਆਣਾ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਭਾਰਤ ਦੇ 70ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹੈ। ਇਹ ਆਜ਼ਾਦੀ ਸਾਨੂੰ ਬਹੁਤ ਹੀ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ, ਇਸ ਕਰਕੇ ਇਸ ਨੂੰ ਸਦੀਵ ਕਾਲ ਲਈ ਬਣਾਏ ਰੱਖਣ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਆਪਣੇ ਹੱਕ ਲੈਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ, ਉੱਥੇ ਕੰਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਜ਼ ਵੀ ਬਣਦੀਆਂ ਨੇ ਉਹਨਾਂ ਨੂੰ ਵੀ ਆਪਾਂ ਪੂਰੀ ਜ਼ਿੰਮੇਦਾਰੀ ਦੇ ਨਾਲ ਨਿਭਾਈਏ ਔਰ ਆਪਣੇ ਦੇਸ਼ ਲਈ, ਆਪਣੇ ਸੂਬੇ ਲਈ, ਆਪਣੇ ਸ਼ਹਿਰ ਵਾਸਤੇ ਹਮੇਸ਼ਾ ਸਮਰਪਿਤ ਰਹੀਏ ਔਰ ਜਿੱਥੇ ਵੀ ਸਾਡੀ ਲੋੜ ਹੋਵੇ ਦੇਸ਼ ਦੀ ਰਾਖੀ ਵਾਸਤੇ, ਇਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਵਾਸਤੇ ਹਰ ਕੁਰਬਾਨੀ ਦੇਣ ਲਈ ਸਾਨੂੰ ਹਮੇਸ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਰੇ ਹੀ ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਤੋਂ ਸੁਤੰਤਰ ਦਿਵਸ ਦੀਆਂ ਲੱਖ ਲੱਖ ਧੰਨਵਾਦ। 15 ਅਗਸਤ 1947, 100 ਸਾਲ ਦੀ ਗੁਲਾਮੀ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ। ਅੱਜ ਅਸੀਂ ਆਪਣੇ ਦੇਸ਼ ਦੇ 70ਵੀਂ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਹੇ ਹਾਂ ਔਰ ਬੜੇ ਹਰਸ਼ੋ ਉਲਾਸ ਅਤੇ ਬੜੇ ਉਤਸ਼ਾਹ ਦੇ ਨਾਲ ਹਰ ਹਿੰਦੁਸਤਾਨੀ ਗਰਵ ਮਹਿਸੂਸ ਕਰ ਰਿਹਾ ਕਿ ਅਸੀਂ ਅੱਜ ਆਪਣੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਅੱਜ ਦੀ ਆਜ਼ਾਦੀ ਦੇ ਦਿਵਸ 'ਤੇ ਜਿਹੜੇ ਪੰਜਾਬ ਨਿਵਾਸੀਆਂ ਨੂੰ, ਹਿੰਦੁਸਤਾਨ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਦੇ ਦਿਨ ਉਹਨਾਂ ਸ਼ਹੀਦਾਂ ਨੂੰ ਨਮਨ ਵੀ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਾ ਮਾਣ ਜਿਹੜਾ ਸੀ ਉਸ ਦੇ ਨਾਲ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਦੀ ਹੈ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਦਿੰਦਾ। ਭਗਵਾਨ ਕ੍ਰਿਸ਼ਨ ਦੇ ਜਨਮ ਦਾ ਦਿਹਾੜਾ ਔਰ ਸਾਡੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਇੱਕੋ ਦਿਨ ਆਇਆ, ਇਸ ਲਈ ਮੈਂ ਸਾਰੇ ਹਿੰਦੁਸਤਾਨੀ ਭੈਣਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਮੇਰਾ ਨਾਮ ਰਵੀ ਪਰਮਾਨੀ ਹੈ ਅਤੇ ਪੰਜਾਬ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਮੈਂ ਇੱਕ ਛੋਟਾ ਜਿਹਾ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਸੁਤੰਤਰਤਾ ਦਿਵਸ 'ਤੇ, ਜਿਵੇਂ ਕਿ ਲੋਕ ਜਿਹੜੇ ਨੇ ਅੱਜ ਕੱਲ੍ਹ ਦੇ ਆਪਣੇ ਵਿਰਸੇ ਦੇ ਪ੍ਰਤੀ, ਆਪਣੀ ਪੰਜਾਬੀ ਮਾਤਰ ਭਾਸ਼ਾ ਦੇ ਪ੍ਰਤੀ ਕਈ ਵਾਰੀ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਪੰਜਾਬੀ ਭਾਸ਼ਾ ਨਹੀਂ ਬੋਲਾਂਗੇ, ਤੁਸੀਂ ਅੰਗਰੇਜ਼ੀ ਦੇ ਵਿੱਚ ਬੋਲਾਂਗੇ ਤਾਂ ਸ਼ਾਇਦ ਲੋਕਾਂ 'ਚ ਪ੍ਰਭਾਵ ਜਿਹੜਾ ਸਾਡੇ 'ਚ ਵਧੀਆ ਪਊਗਾ। ਪਰ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬੀ ਵੀ ਪੜ੍ਹਿਓ ਲਿਖਿਓ, ਅੰਗਰੇਜ਼ੀ ਦੇ ਨਾਲ ਡੁੱਲ ਜਾਇਓ, ਹੈਲੋ ਹੈਲੋ ਕਰਦੇ ਨਾ ਕਿਤੇ ਫਤਿਹ ਬੁਲਾਉਣੀ ਭੁੱਲ ਜਾਇਓ, ਆਪਣੇ ਵਿਰਸੇ ਦੀ ਵੀ ਦਿਲ ਵਿੱਚ ਥਾਂ ਰੱਖਣਾ, ਇੱਕ ਮਿੱਟੀ ਆਪਣੀ ਭੁੱਲੇ ਉਹਨਾਂ ਕਿ ਚੇਤੇ ਆਪਣੀ ਮਾਂ ਰੱਖਣਾ। ਕਿਉਂਕਿ ਜਿਹੜਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਨ੍ਹਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੇ ਇਸੇ ਕਰਕੇ ਦਿੱਤੀਆਂ ਕਿ ਅਸੀਂ ਜਿਹੜੇ ਨੌਜਵਾਨ ਵੀਰ ਆਪਣੇ ਵਿਰਸੇ ਨੂੰ ਸੰਭਾਲ ਕੇ ਆਪਣੇ ਬੱਚਿਆਂ ਤੱਕ ਨੂੰ ਦੇਵਾਂਗੇ ਤਾਂ ਕਿ ਸਾਡਾ ਜਿਹੜਾ ਵਿਰਸਾ ਜਿਹੜਾ ਸਾਨੂੰ ਪਿਛੋਕੜ 'ਚ ਮਿਲਿਆ ਉਹ ਇੰਨਾ ਕੁ ਸਟਰੋਂਗ ਹੈ ਕਿ ਉਹਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਹੈ। ਅਤੇ ਇੱਕ ਵਾਰੀ ਫਿਰ ਸੁਤੰਤਰਤਾ ਦਿਵਸ ਦੀ ਪੂਰੇ ਭਾਰਤ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ। ਮੰਡਲ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੈਂ ਅੱਜ ਭਾਰਤ ਦੇ 70 ਵਰ੍ਹੇ ਜਿਹੜੇ ਆਜ਼ਾਦੀ ਦੇ ਹੋਏ ਨੇ, 15 ਅਗਸਤ ਨੂੰ ਆਪਾਂ ਤਿਰੰਗਾ ਲਹਿਰਾ ਕੇ ਆਪਣੇ ਇਲਾਕੇ ਦੇ ਵਿੱਚ ਸਾਰਿਆਂ ਨੂੰ ਸ਼ੁਭ ਆਸ਼ੀਸ਼ ਭਾਰਤ ਮਾਤਾ ਦੀ ਦੇਵਾਂਗੇ। ਔਰ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਪਰ ਤੁਹਾਨੂੰ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਅਸੀਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਹੈਬੋਲ ਮੰਡਲ ਦੇ ਕਾਰਜਕਰਤਾ ਅੱਜ ਸ਼ਾਮ 5:30 ਵਜੇ ਸ਼ਿਵਪੁਰੀ ਚੌਂਕ ਤੋਂ ਤਿਰੰਗਾ ਯਾਤਰਾ ਕੱਢ ਰਹੇ ਹਾਂ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਮੋਟਰਸਾਈਕਲ, 2-ਪਹੀਆ ਵਾਹਨ ਇਕੱਠੇ ਹੋਣਗੇ। ਮੈਂ ਆਪਣੇ ਇਲਾਕੇ 'ਚੋਂ ਵੀ 150 ਦੇ ਕਰੀਬ 2-ਪਹੀਆ ਵਾਹਨ ਦੇ ਉੱਪਰ ਤਿਰੰਗਾ ਯਾਤਰਾ ਕੱਢ ਕੇ ਉਹਨਾਂ ਵਿੱਚ ਸ਼ਾਮਿਲ ਹੋਵਾਂਗਾ। ਮੈਂ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। 15 ਅਗਸਤ ਦੀਆਂ ਆਜ਼ਾਦੀ ਦੇ 70 ਵਰ੍ਹੇ ਹੁੰਦੀਆਂ। ਭਾਰਤ ਮਾਤਾ ਕੀ ਜੈ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਮੈਂ ਪ੍ਰਵੀਨ ਲਾਲ, ਪ੍ਰਵਕਤਾ ਸ਼੍ਰੀ ਹਿੰਦੂ ਨੈਸ਼ਨਲਿਸਟ ਪੰਜਾਬ, ਅਧਿਆਕਸ਼ ਹਿੰਦੂ ਸਿੰਘ ਜਾਗਰਤੀ ਸੈਨਾ, ਸਮੁੱਚੇ ਦੇਸ਼ ਵਾਸੀਆਂ ਨੂੰ 71ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਾਲ ਦੇ ਵਿੱਚ ਸਾਡਾ ਦੇਸ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਜੈ ਹਿੰਦ, ਜੈ ਭਾਰਤ। ਸਾਰੇ ਲੁਧਿਆਣਾ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਹੈਲਪਿੰਗ ਹੈਂਡਸ ਐਨ ਜੀ ਓ ਵੱਲੋਂ 71ਵੇਂ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਇੱਕ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਵੱਧ ਤੋਂ ਵੱਧ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਪਣਾ ਯੋਗਦਾਨ ਦੇਵਾਂਗੇ। ਧੰਨਵਾਦ।